ਸਾਡੇ ਸੀਏਏ ਸਟਾਫ ਜਲੰਧਰ ਕਮਿਸ਼ਨਰੇਟ ਵੱਲੋਂ ਜਿਹੜੀ ਹੈਗੀ ਇੱਕ ਰਿਕਵਰੀ ਕੀਤੀ ਗਈ ਹੈ ਜਿਹਦੇ ਵਿੱਚ 1.5 ਕਿਲੋ ਹੈਰੋਇਨ ਹੈਗੀ ਹੈ। ਅਸੀਂ 4 ਵਿਅਕਤੀਆਂ ਨੂੰ ਅਰੈਸਟ ਕੀਤਾ ਗਿਆ ਇਹਦੇ ਵਿੱਚ ਜਿਹੜੀ ਡਰੱਗਸ ਦੇ ਖਿਲਾਫ ਜਿਹੜੀ ਪੰਜਾਬ ਗਵਰਨਮੈਂਟ ਵੱਲੋਂ ਅਤੇ ਮਾਨਯੋਗ DGP ਪੰਜਾਬ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਉਹਦੇ ਤਹਿਤ ਸਾਡੇ ਕਮਿਸ਼ਨਰ ਆਫ ਪੁਲਿਸ ਮਿਸਟਰ ਕੁਲਦੀਪ ਸਿੰਘ ਚਹਿਲ ਉਹਨਾਂ ਦੀ ਹਦਾਇਤਾਂ ਦੇ ਅਨੁਸਾਰ ਜਿਹੜੀਆਂ ਟੀਮਾਂ ਅਸੀਂ ਗਠਿਤ ਕੀਤੀਆਂ ਹੋਈਆਂ ਐਂਡ ਬਹੁਤ ਜਿਹੜੀਆਂ ਸੰਜੀਦਗੀ ਨਾਲ ਜਿਹੜਾ ਹੈਗਾ ਜੋ ਨਸ਼ਿਆਂ ਦੇ ਖਿਲਾਫ ਅਸੀਂ ਇੱਕ ਬੀੜਾ ਖਤਮ ਕਰਨ ਵਾਸਤੇ ਚੁੱਕਿਆ ਹੋਇਆ ਤਾਂ ਇਸੇ ਲੜੀ ਦੇ ਵਿੱਚ ਜਿਹੜੀ CIA ਸਟਾਫ ਨੂੰ ਕਾਮਯਾਬੀ ਮਿਲੀ ਜਿਸ ਦੇ ਵਿੱਚ ਸਾਡੇ ADCP ਮਿਸਟਰ ਕਮਲਜੀਤ ਚਹਿਲ ਐਂਡ ACP ਪਰਮਜੀਤ ਸਿੰਘ ਐਂਡ ਸਾਡੇ CIA ਇੰਸਪੈਕਟਰ ਇੰਦਰਜੀਤ ਸਿੰਘ ਇਹਨਾਂ ਸਾਰਿਆਂ ਨੇ ਜਿਹੜੀ ਕਲੈਕਟਿਵ ਐਫਰਟਸ ਨਾਲ ਜਿਹੜੇ ਰਿਕਵਰੀਆਂ ਜਿਹੜੀਆਂ ਪੋਸੀਬਲ ਹੋਈਆਂ ਤਾਂ ਇਸ ਰਿਕਵਰੀ ਦੇ ਵਿੱਚ 1.5 ਕਿਲੋ ਹੈਰੋਇਨ 53,000 ਦੀ ਜਿਹੜੀ ਹੈਗੀ ਹੈ ਡਰੱਗ ਮਨੀ ਅਸੀਂ ਰਿਕਵਰ ਕੀਤੀ ਐਂਡ ਇੱਕ ਦੋਸ਼ੀ ਦੇ ਕੋਲੋਂ ਦੇਸੀ ਕੱਟਾ ਜਿਹੜਾ ਹੈਗਾ 315 ਬੋਰ ਦਾ ਰਿਕਵਰ ਕੀਤਾ ਹੈ। ਇੱਕ ਇਹਨਾਂ ਤੋਂ ਸਵਿਫਟ ਗੱਡੀ ਜਿਹੜੀ ਰਿਕਵਰ ਕੀਤੀ ਜਿਸ ਦੇ ਵਿੱਚੋਂ ਰਿਕਵਰੀ ਹੋਈ ਹੈ ਐਂਡ ਪਲੱਸ ਇਹਨਾਂ ਦੇ ਕੋਲ ਇੱਕ ਇਲੈਕਟ੍ਰੋਨਿਕ ਕੰਡਾ ਜਿਹੜਾ ਹੈਗਾ ਸੀ ਉਹਦੇ ਨਾਪਤੋਲ ਵਾਸਤੇ ਇਹਨਾਂ ਦੇ ਗੱਡੀ ਦੇ ਵਿੱਚੋਂ ਰਿਕਵਰ ਹੋਇਆ। ਮੁੱਢਲੀ ਪੁੱਛਗਿੱਛ ਦੇ ਵਿੱਚ ਇਹ ਆਇਆ ਕਿ ਚਾਰੇ ਦੋਸ਼ੀ ਜਿਹੜੇ ਹੈ ਕਿ ਡਿਸਟ੍ਰਿਕਟ ਕਪੂਰਥਲਾ ਦੇ ਰਹਿਣ ਵਾਲੇ ਆ ਆਪਸ ਦੇ ਵਿੱਚ ਇਹਨਾਂ ਦੀ ਜਾਣਕਾਰੀ ਸੀ ਇਹ ਅੰਮ੍ਰਿਤਸਰ ਸਾਈਡ ਤੋਂ ਜਿਹੜੀ ਇਹਨਾਂ ਨੇ ਹੈਰੋਇਨ ਜਿਹੜੀ ਹੈਗੀ ਹੈ ਪ੍ਰੋਕਿਓਰ ਕੀਤੀ ਸੀ ਉੱਥੋਂ ਲੈ ਕੇ ਕਿਸ ਤੋਂ ਆਏ ਸੀ ਅੱਗੇ ਇਹਨਾਂ ਨੇ ਜਲੰਧਰ ਏਰੀਆ ਦੇ ਵਿੱਚ ਜਲੰਧਰ ਕਮਿਸ਼ਨਰੇਟ ਏਰੀਆ ਜਲੰਧਰ